कोई लड़िया नहीं झगड़िया नहीं, मैं तो मोटर ही आके गया, वो छड़ चले आए। रात डीक दे रहे, अगले दिन फोन रिश्तेदार ने सारे किते, अभी ताडे कोल आया, ताडे कोल आया, किसे नहीं क्या साडे को। किन्ने के दिन हो कर रहे हैं? सोर रात नू गया है। हाँ जी, हुण क्या पता लग गया? ਸਾਨੂੰ ਤਾਂ ਉਹਨਾਂ ਜਾ ਕੇ ਬਾਬੇ ਨੇ ਅਨਾਊਂਸਮੈਂਟ ਕੀਤੀ, ਉਦੋਂ ਪਾਸੇ ਅਸੀਂ ਪੁੱਛਦੇ ਫਿਰਦੇ ਸਾਰੇ ਰਿਸ਼ਤੇਦਾਰਾਂ ਦੇ, ਉਦੋਂ ਹੀ ਪਤਾ ਲੱਗਾ ਇਹ ਕੰਮ ਤਾਂ ਉਹਨੇ ਕਰਨਾ ਹੀ ਨਹੀਂ ਸੀ। ਜਿਹੜਾ ਕਰ ਲਿਆ ਟੈਨਸ਼ਨ 'ਚ ਰਹਿੰਦੀ ਸੀ, ਉਹਦੀ ਟੈਨਸ਼ਨ 'ਚ ਬੱਚੇ ਦੇ ਲੀੜੇ ਵੇਖ ਕੇ ਰੋ ਲਿਆ ਬੱਚੇ ਦੇ। ਕਾਰਨ ਇਹੀ ਹੈ ਵੀ ਜਦੋਂ ਵਿੱਕੀ ਦੇ ਮਰਡਰ ਹੋਇਆ ਅਨਕਾਊਂਟਰ, ਉਸ ਤੋਂ ਬਾਅਦ ਇਹ ਡਿਪਰੈਸ਼ਨ 'ਚ ਚਲੇ ਗਏ ਆ ਵੀ ਉਸ ਦੀ ਯਾਦ ਦੇ ਵਿੱਚ ਹੀ ਰਹਿੰਦੇ ਸੀ ਦਿਨ ਰਾਤ, ਵੀ ਜਦੋਂ ਵੀ ਉਹਨੂੰ ਯਾਦ ਕਰਦੇ ਰਹਿੰਦੇ ਆਂਦੇ ਮੇਰਾ ਇਸ ਦੁਨੀਆਂ 'ਤੇ ਕੁਛ ਨਹੀਂ ਰਹਿ ਗਿਆ, ਬਸ ਇੰਨੀ ਗੱਲ ਹੈ। ਪਰਿਵਾਰ ਦੇ ਵਿੱਚ ਵਿੱਕੀ ਦੇ ਕੌਣ ਕੌਣ ਸੀਗੇ, ਕਿੰਨੇ ਭੈਣ ਭਰਾ? ਤਿੰਨ ਭੈਣ ਭਰਾ ਸੀ, ਦੋ ਉਹਦੇ ਸਿਸਟਰ ਨੇ, ਇੱਕ ਆਪ ਸੀਗਾ, ਵੱਡੇ ਸਿਸਟਰ ਉਹਦੀ ਮੈਰਿਜ ਹੋਈ ਹੈ, ਛੋਟੇ ਬਾਹਰ ਗਏ ਨੇ ਅਜੇ ਥੋੜ੍ਹੇ ਚਿਰ ਪਹਿਲਾਂ। ਕਿੰਨੇ ਦਿਨਾਂ ਤੋਂ ਇਹ ਜਿਹੜਾ ਸੀਗਾ ਲਾਪਤਾ ਸੀਗਾ ਦੱਸਿਆ ਜਾ ਰਿਹਾ ਵੀ ਲਾਪਤਾ ਸੀਗੇ ਜਾਂ ਕਿਸ ਤਰ੍ਹਾਂ ਪਰੇਸ਼ਾਨ ਰਹਿੰਦੇ ਸੀ ਜੀ, ਕਦੋਂ ਤੁਹਾਨੂੰ ਪਤਾ ਲੱਗਿਆ? ਸੋਮਵਾਰ ਰਾਤ 10-11 ਵਜੇ ਨਿਕਲੇ ਨੇ ਘਰੋਂ, ਵਧੀਆ ਰੋਟੀ ਪਾਣੀ ਖਾਧਾ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ, ਪਤਾ ਨਹੀਂ ਕੀ ਆਈ ਦਿਲ ਦੇ ਵਿੱਚ, ਉੱਥੋਂ ਘਰੋਂ ਨਿਕਲ ਗਏ ਆ। ਅੱਗੇ ਵੀ ਕਿਤੇ ਰਿਸ਼ਤੇਦਾਰੀਆਂ 'ਚ ਚੱਲ ਜਾਂਦੇ ਸੀ, ਉਸ ਦਿਨ ਵੀ ਅਸੀਂ ਤਾਂ ਇਹੀ ਸੋਚਿਆ ਵੀ ਕਿਤੇ ਰਿਸ਼ਤੇਦਾਰੀ 'ਚ ਗਏ ਨੇ, ਪਰ ਜਦੋਂ ਮੰਗਲਵਾਰ ਨਹੀਂ ਆਏ, ਬੁੱਧਵਾਰ ਅਸੀਂ ਉਹਦੀ ਪੜਤਾਲ ਕੀਤੀ ਹੈ ਅਤੇ ਜਦੋਂ ਵੇਖਿਆ ਵੀ ਆਉਂਦੇ ਵੀ ਇੱਕ ਡੈੱਡ ਬੋਡੀ ਰੇਲਵੇ ਤੋਂ ਮਿਲੀ ਹੈ, ਜਦੋਂ ਦੇਖਿਆ ਵੀ ਉਹ ਇਹੀ ਨਿਕਲੇ। ਬਸ ਪੁਲਿਸ ਨੇ ਆਪਦੀ ਕਾਰਵਾਈ ਜਿਹੜੀ ਹੁੰਦੀ ਆਮ ਜਿਹੜੀ ਹੁੰਦੀ ਹੈ, ਵੀ ਕੋਈ ਉਹੋ ਜਿਹੀ ਤਾਂ ਗੱਲ ਹੈ ਨਹੀਂ ਵੀ ਕੋਈ ਲੜੇ ਨਹੀਂ ਕਿਸੇ ਨਾਲ ਜਾਂ ਕੋਈ ਉਹੋ ਜਿਹੀ ਕੋਈ ਗੱਲ ਨਹੀਂ ਹੈ। ਕੁਛ ਵੀ ਨਹੀਂ ਜੀ, ਟੈਨਸ਼ਨ ਨਹੀਂ ਲੈਂਦਾ, ਸਾਨੂੰ ਤਾਂ ਪਤਾ ਨਹੀਂ ਗਾ, ਟੈਸਟ ਕਰਾ ਕੇ ਆਇਆ ਆਪਦੇ ਸੋਮਵਾਰ ਤੋਂ ਸਾਰੇ ਆਪਦੇ ਅਤੇ ਖਰੇ ਆ ਗਿਆ, ਅਤੇ ਸਾਨੂੰ ਹੁਣ ਟੈਸਟ ਵੀ ਬੜੇ ਵਧੀਆ ਆਏ ਨੇ, ਕੁਛ ਵੀ ਨਹੀਂ ਗਾ, ਟੈਸਟਾਂ 'ਚ ਵੀ ਆਇਆ ਸਭ। ਉੱਥੇ ਜਿਹੜੀ ਸਾਡੀ ਮਾਮੇ ਦੀ ਦੋਹਤੀ ਆ, ਭਤੀਜੀ ਸਾਡੀ ਸੀ, ਉਸ ਨੇ ਤਾਇਆ ਜੀ ਬਿਲਕੁਲ ਬੇਫਿਕਰ ਹੋ ਜਾਓ, ਖੁਰਾਕਾਂ ਖਾਓ, ਕੁਛ ਨਹੀਂ, ਤੁਸੀਂ ਬਿਲਕੁਲ ਸਹੀ ਜੇ। ਉੱਥੋਂ ਆ ਗਿਆ, ਆਣ ਕੇ ਡੰਗਰਾਂ ਨੂੰ ਪੱਠੇ ਪੁੱਠੇ ਪਾਏ ਸਰ, ਪਤਾ ਨਹੀਂ ਕਿ ਮਨ ਚਲਾ ਗਿਆ ਇੱਥੋਂ ਪਿੰਡ ਨੂੰ, ਅਤੇ ਪਿੰਡੋਂ ਆ ਕੇ ਪਤਾ ਨਹੀਂ ਕਿਵੇਂ, ਬਹੁਤ ਜ਼ਿਆਦਾ ਟੈਨਸ਼ਨ ਸੀ, ਤੁਰਿਆ ਫਿਰਦਾ ਵੀ ਜਿਵੇਂ ਨਾ ਬੋਰਿਆਂ ਜਾ ਕੋ, ਬੋਰਿਆਂ ਜਾ ਕੋ ਨਹਿਰ 'ਤੇ ਚਲਾ ਗਿਆ, ਉੱਥੋਂ ਆ ਗਿਆ, ਬਸ ਵੇਖੋ ਉੱਥੋਂ ਦੋਹਤੀ ਲਈ ਹੋਈ ਸੀ ਕਾਬ ਦੀ, ਅਸੀਂ ਸਿਰ ਨੇ ਵੀ ਇੱਦਾਂ ਕਦਮ ਨਹੀਂ ਚੁੱਕਣਾ ਚਾਹੀਦਾ, ਦੋਹਤੀ ਵਾਲੀ ਵੇਖ ਲਈ। ਹਾਂਜੀ, ਵਿੱਕੀ ਦੀ ਮੌਤ ਤੋਂ ਬਾਅਦ ਰਹਿਣ ਲੱਗ ਗਏ ਸੀ ਸਨਮਾਨਿਤ ਕੀਤਾ ਸੀ ਪੰਜਾਬ ਦੇ ਵਿੱਚ, ਸਾਡੇ ਬੱਚੇ ਨੇ ਵੀ ਕਿਸੇ ਨੂੰ ਫਿੱਟੇ ਨੂੰ ਨਹੀਂ ਆਖਿਆ, ਜੇ ਆਖੀਏ ਉਹਨਾਂ ਨੇ ਚਲੋ ਧੋਖਾ ਹੋਇਆ ਜੋ ਵੀ ਹੋਇਆ ਬੱਚੇ ਦੇ ਨਾਲ, ਕੋਈ ਬੱਚਾ ਤਾਂ ਸਿਲੰਡਰ ਕਰਨ ਲੱਗਾ ਸੀ, ਕੋਈ ਇਹ ਨਹੀਂ ਸੀ ਵੀ ਬੱਚਾ ਜਾਂ ਪਕੌੜਾ ਜਾਂ ਫੜਿਆ ਸੀ ਕਿਸੇ, ਅਤੇ ਇਹਨਾਂ ਨਾਲ ਜੋ ਵੀ ਹੋਈ ਹੈ ਬਹੁਤ ਮਾੜੀ ਹੋਈ ਹੈ, ਪਹਿਲਾਂ ਇਹਦੇ ਨਾਲ ਹੀ ਬਣ ਜੋ ਵੀ ਹੋਇਆ ਅਸੀਂ ਸਰ ਸਾਡਾ ਸੋਚ ਵੀ ਨਹੀਂ ਸਕਦੇ ਵੀ ਸਾਡਾ ਭਰਾ ਇੰਨਾ ਗਲਤ ਕਦਮ ਚੁੱਕ ਜਾਏ। ਕਿੰਨੀ ਕੁ ਉਮਰ ਹੋਈ? ਉਮਰ ਕੋਈ 60-62 ਸਾਲ ਦੀ ਹੈ। ਹੋਰ ਬੱਚੇ ਹੈ? ਬੱਚੇ ਇੱਕ ਗੁੱਡੀ ਸੀ, ਉਹ ਵੀ ਅਜੇ ਆਪਦੇ ਹੱਥੀਂ 2-2.5 ਮਹੀਨੇ ਹੋ ਗਏ, ਉਹ ਬਾਹਰ ਇਕੱਲੀ ਆ ਟੇੜੀਆਂ 'ਚ ਗਈ ਆ। ਉਦੋਂ ਤਾਂ ਕੁਛ ਪਹਿਲਾਂ ਠੀਕ ਸੀ, ਬੱਚੀ ਦੇ ਨਾਲ ਪ੍ਰੇਮ ਪ੍ਰੇਮ ਵੀ ਕਰਦਾ ਸੀ, ਅਤੇ ਉਦੋਂ ਬਾਅਦ ਜਦੋਂ ਬੱਚੀ ਨੂੰ ਕਰਦਾ ਉਦੋਂ ਹੋਰ ਵੀ ਥੋੜ੍ਹੀ ਜਿਹੀ ਟੈਨਸ਼ਨ ਜ਼ਿਆਦਾ ਲੈਣ ਡਿਆ ਪਿਆ ਸੀ ਵੀ ਕਿੰਨਾ ਇਕੱਲਿਆ, ਜਿਵੇਂ ਇੱਧਰ ਮਾੜ ਵੱਖਰਾ ਸੀ ਸਾਡੇ ਭਰਾ ਸੀ, 4 ਘਰ ਪਰਲੇ ਬੰਨੇ ਰਹਿ ਜਾਂਦੇ ਹਾਂ, ਟੈਨਸ਼ਨ 'ਚ ਸੀ, ਟੈਨਸ਼ਨ 'ਚ ਰਹਿੰਦੇ ਸੀ, ਟੈਨਸ਼ਨ 'ਚ। ਕਦੋਂ ਗਏ, ਕਦੋਂ ਸੀ ਘਰੋਂ? ਪਰਸੋਂ? ਹਾਂਜੀ, ਪਰਸੋਂ ਗਏ ਸੀ ਘਰੋਂ, ਕਦੋਂ ਗਏ ਸੀ ਇੱਥੋਂ ਘਰੋਂ? ਸੋਮਵਾਰ ਘਰੋਂ ਤਾਂ ਮਲੋਟ ਗਿਆ, ਟੈਸਟ ਉੱਥੇ ਕਰਾ ਕੇ ਆਇਆ, ਅਤੇ ਫਿਰ ਆ ਕੇ ਘਰੋਂ ਸੁੱਕ ਸੱਕ ਲਿਆਇਆ ਪਰਲੇ ਬੰਨੇ ਛੋਟੇ ਭਾਈ ਸਾਹਿਬ ਦੀ ਤੂੜੀ ਤੋਂ ਤੂੜੀ ਲਿਆ ਕੇ, ਅਤੇ ਉਦੋਂ ਪਤਾ ਨਹੀਂ ਪਿੰਡ ਨੂੰ ਚਲਾ ਗਿਆ, ਪਤਾ ਨਹੀਂ ਕਿ ਪੱਠਿਆਂ ਨੂੰ ਆਖਾਵਾਂ ਨਹੀਂ ਸੀ ਵੱਡੇ ਜਾਂਦੇ ਗੋਡਿਆ ਜਾਂਦੇ ਘਰੋਂ ਕਰੋਗੇ? ਸੋਮਵਾਰ ਦੇ ਘਰੋਂ, ਵੈਸੇ ਤਕਾਲਾ ਨੂੰ ਗਏ, ਸੋਮਵਾਰ ਤਾਂ ਮੰਡੀਓਂ ਆ ਕੇ ਘਰ ਆ ਗਿਆ,
ਤੇ ਫਿਰ ਕਾਲਾ ਨੂੰ ਪਤਾ ਨਹੀਂ ਕਿੰਨੇ ਵਜੇ ਘਰ ਹੋ ਗਿਆ, ਕਿਉਂ ਆਪਾਂ ਆਪਦੇ ਘਰਾਂ ਵਾਲੇ ਹਾਂ, ਸਾਨੂੰ ਨਹੀਂ ਪਤਾ ਲੱਗਿਆ ਵੀ ਉਦੋਂ ਕਰਦਿਆਂ ਜੀ ਇਹਨੂੰ ਨਾਲ। ਉਹਨੇ ਆਖਿਆ ਵੀ ਅੱਗੇ ਵੀ ਇਸ ਤਰ੍ਹਾਂ ਟੈਨਸ਼ਨ, ਕਦੀ ਭੂਆ ਕੋਲ ਚਲਿਆ ਗਿਆ, ਕਦੀ ਸਾਡੀ ਇੱਥੇ ਕੰਧ ਵਾਲੇ ਭੂਆ, ਇੱਕ ਸਾਡੀ ਭੂਆ ਇੰਨੇ ਆ, ਅੱਗੇ ਵੀ ਦੋ ਚਲਿਆ ਜਾਂਦਾ ਹੁੰਦਾ ਸੀ। ਐਵੇਂ ਤੁਹਾਨੂੰ ਆਖੀ ਵੀ ਟੈਨਸ਼ਨ 'ਚ ਜਦੋਂ ਜੀ ਕੀਤਾ ਵੀ ਚਲੋ ਉੱਥੇ ਮੈਂ ਭੈਣ ਭਰਾਵਾਂ ਨੂੰ ਦੋ ਦਿਨ ਲਾ ਆਉਣਾ। ਉਹਦੇ ਮਹਿਲ ਸਿੰਘ ਦੇ ਜੀ ਭਾਈ ਨੇ ਦੋ, ਜਗਦੀਸ਼ ਸਿੰਘ ਅਤੇ ਬਖਸ਼ੀਸ਼ ਸਿੰਘ, ਉਹਨਾਂ ਨੇ ਜਿਹੜੀ ਆਪਣੇ ਮਹਿਲ ਸਿੰਘ ਦੀ ਸ਼ਨਾਖਤ ਕੀਤੀ ਹੈ। ਉਹਨਾਂ ਨੇ ਦੱਸਿਆ ਵੀ ਉਸਦਾ ਜਿਹੜਾ ਬੇਟਾ ਸੀ 5 ਸਾਲ ਪਹਿਲਾਂ, ਉਹਦੀ ਜਿਹੜੀ ਮੌਤ ਹੋ ਗਈ, ਉਹਦੇ ਕਰਕੇ ਉਹ ਸਦਮੇ 'ਚ ਰਹਿੰਦਾ ਸੀ, ਜਿਹਦੇ ਕਰਕੇ ਉਹ ਸਦਮਾ ਨਾਲ ਸਹਾਰਦਾ ਹੋਇਆ ਰੇਲਵੇ ਟਰੈਕ 'ਤੇ ਆ ਕੇ 7 ਤਰੀਕ ਵਾਲੀ ਰਾਤ ਨੂੰ ਆਪਣੇ ਆਪ ਦੀ ਖੁਸ਼ਕੁਸ਼ੀ ਕਰ ਲਈ। ਜਿਹੜੀ ਫਿਲਹਾਲ 174 ਦੀ ਜਿਹੜੀ ਕਾਰਵਾਈ ਜੀ ਪੁਲਿਸ ਕੀਤਾ ਤੋਂ ਕਾਰਵਾਈ ਕੀਤੀ ਜਾ ਰਹੀ।